वाहे गुरु जी का खालसा, वाहे गुरु जी की फतेह। हाँ जी, मैं संदीप कौर, संदीप कौर देओल चैनल च तुहाडा सारयां दा स्वागत करदी हाँ। हाँ जी, अज आप बनावांगे आलू तोरियां, वह भी ग्रेवी वालियां। ते हाँ जी, आ मैं मसाले लेने, आ 6-7 कलियां लहसुन दियां ने, ते आ थोड़ा जिहा अदरक कट्टिया, ते आ मैं प्याज कट्टे ने 2-3, ते आ वाली हल्दी आ 1.5 चम्मच, बाकी 3 नमक आ, ते गरम मसाला, लाल मिर्च ते हरिया मिर्चा ने 6-7, ते आ धनिया है। ते आपां आ वाली सब्जी नू कट लिया इदां, आ देखो इदां कट लिया, तोरियां नू आपां ने इदां आ वाले पीसां दे विच कट लिया। ते हाँ जी, आ आपां ने उह वी कट ले, ते आ वाली आपां ने तोरियां ने कट्टियां होईयां, धो के रखियां ने इह। हाँ जी, हुण आपां आ वाली इक कड़छी तेल दी ली आ, सरों दे दी, ते हुण इहनूं आपां गर्म होण देवांगे। हाँ जी, जिहड़ा सरों दा तेल आ उह गर्म हो चुक्किआ, ते हुण आपां इहदे विच जीरा पा देवांगे। जीरा भुज चुक्किआ, हुण आपां पा देवांगे इहदे विच प्याज। ਤੇ ਨਾਲ ਹੀ ਆਪਾਂ ਲਸਣ ਤੇ ਅਦਰਕ ਵੀ ਪਾ ਦਾਂਗੇ। ਹਾਂਜੀ, ਥੋੜਾ ਜਿਹਾ ਜਿਹੜਾ ਆਪਾਂ ਧਨੀਆ ਲਿਆ ਸੀ ਉਹ ਵੀ ਪਾ ਦਾਂਗੇ। ਤੇ ਇਹ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। ਹਾਂਜੀ, ਆ ਜਿਹੜਾ ਮਸਾਲਾ ਹੈ ਆਪਣਾ ਥੋੜਾ ਜਿਹਾ ਬਰਾਊਨ ਹੋ ਗਿਆ, ਤੇ ਆਪਾਂ ਮਿਰਚਾਂ ਦੇ ਵਿੱਚ ਘਾਰ ਕੱਟ ਲਗਾ ਲਏ, ਤੇ ਹੁਣ ਆਪਾਂ ਮਿਰਚਾਂ ਇਦਾਂ ਹੀ ਪਾ ਦਾਂਗੇ। ਇਹਨਾਂ ਨੂੰ ਇੱਦਾਂ 1-2 ਮਿੰਟ ਇੱਦਾਂ ਹੀ ਚਲਾ ਲਾਂਗੇ। ਹਾਂਜੀ, ਅੱਜ ਮੈਂ ਟਮਾਟਰ ਨਹੀਂ ਪਾਏ, ਇੱਕ ਸੀਕ੍ਰੀਟ ਚੀਜ਼ ਆ, ਜਦੋਂ ਆਹ ਮਸਾਲੇ ਪਾਏ ਉਸ ਤੋਂ ਬਾਅਦ ਪਾਊਂਗੀ। ਅਤੇ ਹਾਂਜੀ, ਉਹ ਵੀਡੀਓ ਤੁਸੀਂ ਦੇਖਦੇ ਰਹੋ, ਅਤੇ ਮੈਂ ਹੁਣੇ ਪਾਊਂਗੀ ਬਸ, ਕਿਉਂਕਿ ਅੱਜ ਮੈਂ ਟਮਾਟਰ ਨਹੀਂ ਪਾਏ ਹੈਗੇ। ਹਾਂਜੀ, ਹੁਣ ਆਪਾਂ ਸੁੱਕੇ ਮਸਾਲੇ ਨੇ ਜਿਹੜੇ ਉਹ ਵਾਲੇ ਸਾਰੇ ਐਡ ਕਰ ਦਾਂਗੇ। ਹਾਂਜੀ, ਕਿਉਂਕਿ ਆਪਣੇ ਜਿਹੜੇ ਪਿਆਜ਼ ਅਤੇ ਦੂਸਰੇ ਮਸਾਲੇ ਸੀਗੇ ਉਹ ਭੁੱਜ ਚੁੱਕੇ ਨੇ, ਅਤੇ ਹੁਣ ਆਪਾਂ ਇੱਦਾਂ ਚਲਾ ਲਾਂਗੇ। ਹਲਦੀ ਆ ਜਿਹੜੀ ਉਹ ਨਹੀਂ ਭੁੱਜ ਚੁੱਕੀ ਆ, ਅਤੇ ਹੁਣ ਜਿਹੜੀ ਮੈਂ ਸੀਕ੍ਰੇਟ ਚੀਜ਼ ਕਹਿ ਰਹੀ ਸੀ ਉਹ ਦਹੀਂ ਦੀ ਕੌਲੀ ਪਾ ਰਹੇ ਹਾਂ ਆਪਾਂ। ਹਾਂਜੀ, ਹੁਣ ਆਪਾਂ ਇਹਨੂੰ ਚਲਾਵਾਂਗੇ, ਕਿਉਂਕਿ ਮੈਂ ਟਮਾਟਰ ਨਹੀਂ ਪਾਏ ਅੱਜ ਦਹੀਂ ਵੀ ਪਾਈ ਆ। ਕਿਉਂਕਿ ਇਹਦੇ ਨਾਲ ਬਹੁਤ ਟੇਸਟੀ ਬਣਦੀਆਂ ਨੇ ਤੋਰੀਆਂ ਜਦੋਂ ਆਪਾਂ ਦਹੀਂ ਪਾਉਂਦੇ ਹਾਂ। ਹਾਂਜੀ, ਵਿੱਚ ਬਾਬਾ ਜੀ ਦੀ ਆਵਾਜ਼ ਆ ਰਹੀ ਆ, ਉਹ ਰਹਿਰਾਸ ਰਸ ਦਾ ਪਾਠ ਕਰ ਰਹੇ ਨੇ ਗੁਰਦੁਆਰਾ ਸਾਹਿਬ। ਅਤੇ ਹਾਂਜੀ, ਆਹ ਦਹੀਂ ਨੇ ਆਪਣਾ ਜਿਹੜਾ ਬਿਲਕੁਲ ਹੀ ਵਿੱਚ ਇਹਦੇ ਫਰਾਈ ਹੋ ਚੁੱਕਿਆ, ਭੁੱਜ ਚੁੱਕਿਆ ਮਸਾਲੇ ਦੇ ਵਿੱਚ, ਐਨ ਬਿਲਕੁਲ ਹੀ ਉਹਨੇ ਪਾਣੀ ਛੱਡਤਾ, ਅਤੇ ਆਹ ਦੇਖੋ ਕੀ ਛੱਡਤਾ, ਸੱਚੋ ਸੋਰੀ ਕੀ ਛੱਡਤਾ, ਅਤੇ ਪੱਕ ਚੁੱਕਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ, ਇਹ ਮੈਂ 2-3 ਮੀਡੀਅਮ ਸਾਈਜ਼ ਆਲੂ ਲਏ ਨੇ, ਅਤੇ ਇਹਦੇ ਵਿੱਚ ਆਪਾਂ ਤੋਰੀਆਂ ਵੀ ਐਡ ਕਰ ਲਾਂਗੇ। ਹਾਂਜੀ, ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ, ਅਤੇ ਪਾਣੀ ਆਪਾਂ ਫਿਰ ਪਾਵਾਂਗੇ। 2 ਮਿੰਟ ਆਪਾਂ ਇੱਦਾਂ ਹੀ ਪਕਾਉਂਦੇ ਹਾਂ ਮਸਾਲੇ ਦੇ ਵਿੱਚ। ਹਾਂਜੀ, ਇਹ ਆਪਾਂ ਨੇ ਚੰਗੀ ਤਰ੍ਹਾਂ ਸਾਰੀ ਸਬਜ਼ੀ ਨੂੰ ਪਲਟਤਾ ਇੱਦਾਂ, ਅਤੇ ਹੁਣ ਆਪਾਂ 2 ਮਿੰਟ ਇਹਦਾ ਇੱਦਾਂ ਢੱਕਣ ਲਾ ਕੇ ਪਕਾਵਾਂਗੇ ਇਹਨੂੰ।
हाँ जी यार ढक्कन आप चक देंगे इदा तो आ वाली सब्जी है जी अपनी रिज रही है आ देखो तो हूँ आपी पा देंगे पानी तुसी अपने रिकॉर्डिंग पा सकते हो घट बद जिन्ना तुसी ग्रेवी रखना चाहते हो पतली जां गाढ़ी थोड़ा जा होर पा दो हाँ जी हूँ आप ढक्कन लगा देंगे हाँ जी आ वाली सब्जी है जड़ी रिज रही है तो हम आप ऐसा कड़छी मार दें हाँ जी 6-7 मिनट आप इदा ही बस फिर ढक देंगे हाँ जी आ देखिए अपनी सब्जी है जी बन के बिल्कुल ही रेडी हो चुकी है तो बिल्कुल ही पक चुकी है अपनी सब्जी